ਸਾਈਕਲ ਹੀ ਲੈਣ ਦੇ ਵਿੱਚ ਮਾਰ ਦਿੰਦੇ ਆ, ਰੋੜੀ ਰੱਖਿਆ ਦਾ ਇਹਨੂੰ ਬਾਕਰ 'ਚ ਰੱਖੋ, ਹੋਰ ਇਹਦਾ ਕੋਈ ਹੱਲ ਨਹੀਂ, ਬਾਕਰ 'ਚ ਰੱਖੋ ਇਹਨੂੰ ਘੁਮਾਈ ਫਿਰੇ। ਹੀਰਾ ਤੁਸੀਂ ਕਿਉਂ ਤੰਗ ਕਰ ਰਹੇ ਸਾਰਿਆਂ ਨੂੰ, ਬਾਹਰ ਜਾਣਾ ਗੱਲ ਸਹੀ ਹੈ ਮੇਰੀ, ਤੁਸੀਂ ਰੱਖੋ ਇਹਨੂੰ ਬਾਕਰ ਦੇ ਵਿੱਚ। ਬਾਕਰ ਲੈ ਕੇ ਬਾਹਰ ਖੜੀ ਪਿੱਛੇ ਬਾਹਰ ਬਥੇਰਾ ਬਸ ਭਾਈ ਆਇਆ ਨਾ, ਕਹਿੰਦਾ ਮੈਂ ਟਰੈਕਟਰ ਚਲਾਉਣਾ ਨਾ ਟੋਇਆ ਪੂਰਲਾ, ਮੈਂ ਕਿਹਾ ਚਲੋ ਪੂਰੋ ਮੰਨ ਤਾਂ ਅੱਗੇ, ਕਹਿੰਦਾ ਕੋਈ ਬੰਦਾ ਲੱਭੇ ਤੇ ਟਰੈਕਟਰ ਚਲਾਉਣੇ ਵਾਸਤੇ। ਅੱਬੂ ਜੀ ਵੀ ਉੱਥੇ ਆ ਤੇ ਮੋਈ ਜਿੱਥੇ ਮੇਰੇ ਕੋਲ ਖੜਾ, ਕਹਿੰਦਾ ਮੈਨੂੰ ਲੱਗਦਾ ਅੱਬੂ ਜੀ ਨਾ ਬਹੋਲਾ ਮੰਗਦਾ ਹੋਣਾ, ਚੱਕਿਆ ਤਾਂ ਚੱਲ ਗਿਆ, ਮਗਰ ਹੀ ਰਹਿੰਦੇ ਅੱਬੂ ਜੀ ਦੇ, ਪਤਾ ਨਹੀਂ ਅੱਬੂ ਜੀ ਦੇ ਮਗਰ ਹੀ ਰਹਿੰਦਾ। ਕਹਿੰਦਾ ਚਿੱਟੀ ਮਿੱਟੀ ਨਹੀਂ ਗੱਡੀ, ਫਿਰ ਮੈਂ ਤੁਹਾਨੂੰ ਦੱਸੂ ਜਦੋਂ ਜ਼ਰੂਰਤ ਪਈ, ਸਾਢੇ 12 ਵਜੇ ਤੋਂ ਬਾਅਦ ਚਲਾਇਆ ਸੀਗਾ। ਅਮਜੀ ਲੂਸਣ ਨਾ ਜਾਨਵਰ ਦੁੱਧ ਜ਼ਿਆਦਾ ਦਿੰਦੇ, ਵੈੜੀ ਤੁਹਾਡੀ ਜਿਹੜੀ ਵੱਡੀ ਉਹਨੂੰ ਵੀ ਬੁਖਾਰ ਜਿਹਾ ਲੱਗਦਾ, ਬਾਕਰ ਲੈ ਕੇ ਆਵਾਂ। ਹੀਰਾ ਲੈ ਕੇ ਆਵਾਂ ਬਾਕਰ, ਫਿਰ ਜਦੋਂ ਮੈਂ ਲੈ ਕੇ ਆਉਂਦਾ। ਅੱਛਾ ਜੀ ਆਪ ਲੈ ਕੇ ਜਾਂਦੇ ਹਾਂ। ਹੀਰਾ ਗੱਡੀ ਆ ਗਈ, ਚਲੋ ਇੱਕ ਮਿੰਟ ਬਿਠਾ ਲਓ, ਦੇਖੋ ਤਾਂ ਇੱਕ ਵਾਰ ਬਿਠਾ ਕੇ ਦੇਖੋ ਤਾਂ ਸਹੀ। ਆ ਗਈ ਚਲੋ, ਓਏ 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 ਗੱਡੀ ਜਾਂ ਤਾਂ ਡਰ ਗਈ। ਅੱਗੇ 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 ਪਕੜਾਓ ਨਾ, ਪਕੜਾਓ ਲੋ, ਇਹ ਇਹ ਹੱਥ ਪਕੜਾਓ ਨਾ, ਇਹਦੇ ਇਹਨੇ ਕਿਹੜਾ ਮੈਂ ਦੰਦੀ ਵੱਲ ਲਵਾਂ, ਜਲਦੀ ਜਲਦੀ ਕੱਟ ਹੀ ਕਰ ਲਾ, ਆਸਤਾ ਆਸਤਾ ਤੁਰੋ ਨਾ ਇਹਨੂੰ। ਹਾਂਜੀ ਆਸਤਾ ਆਸਤਾ ਤੁਰੋ ਨਾ, ਤੁਰੋ 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 ਆਸਤਾ ਆਸਤਾ, ਇਹ ਟੰਗ ਹੋ ਜਾਣਾ ਕਰਨਾ, ਇਹ ਖੁਸ਼ ਆ, ਨਹੀਂ ਤਾਂ ਬੱਚਾ ਪਹਿਲੀ ਦਫਾ ਪਾਉਣਾ ਬਹੁਤ ਰੋਂਦਾ। ਓਏ ਮੇਰੇ ਗੰਜੂ ਮਾਸ਼ਾਅੱਲਾ, ਸਦਕੇ ਜਾਵਾਂ ਚਾ, ਆ ਜਾਓ ਬਾਹਰ ਫਿਰ ਚਲੀਏ, ਆ ਜਾਓ ਆ ਜਾਓ ਆ ਜਾਓ ਆ ਜਾਓ। ਪੱਥਰ ਅਸਲ ਚ ਗਰਮ ਆ, ਮੈਂ ਕਹਿੰਦਾ ਹਜੇ ਦੇ ਨੀਚੇ ਪੈਰ ਨਾ ਹੀ ਲੱਗਣ ਤਾਂ ਬਿਹਤਰ, ਹੀਰਾ ਕਿੱਥੇ ਬੈਠਾ ਬੇਟਾ, ਮਜ਼ਾ ਆਉਂਦਾ ਗਿੱਦੀ ਜੀ ਲੜੀ ਦਾ, ਮਜ਼ਾ ਆਉਂਦਾ ਦੱਸੋ ਨਾ। ਆਸਤਾ ਆਸਤਾ ਚਲਾਓ ਨਾ, ਝੂਲੇ ਤਾਂ ਹੁਣ ਮੇਰੀ ਬੇਟੀ ਨੂੰ ਇਸ ਤਰ੍ਹਾਂ ਹੀ ਨਾ, ਅੱਛਾ ਜੀ ਇਹਬਾ ਬੇਟੀ ਥੋੜ੍ਹੀ ਗੁੱਸੇ ਹੋ ਗਈ ਮੇਰੇ ਨਾਲ, ਅਤੇ ਇਹਬਾ ਬੇਟੀ ਕਹਿੰਦੀ ਮੈਂ ਆਪਣੀ ਨਾਨੀ ਨੂੰ ਮਿਲਣ ਜਾਣਾ, ਆਂਟੀਆਂ ਨੂੰ, ਅਤੇ ਆਪਣੀ ਆਪੀ ਤੋਂ ਮੈਂ ਉਦਾਸ ਹੋਈ ਹੋਈ ਹਾਂ, ਅਤੇ ਹਾਂਜੀ
ਗੁਲੂ ਮੈਂ ਤਾਂ ਕਹਿੰਦਾ ਇਹਦੇ ਕੋਲ ਫਰੂਟ ਰੱਖਿਓ ਕਰੋ ਖਾਣੇ ਵਾਸਤੇ ਇਹਦੇ ਵਾਸਤੇ ਜਿਹੜਾ ਖਾਈ ਜਾਵੇ ਹਾਂਜੀ ਨਾਲ ਨਾਲ ਖਾਈ ਜਾਵੇ ਲੋ 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 ਆਸਾ ਆਸਾ ਤੋਰੋ ਨਾ ਅਸਲ 'ਚ ਨਾ ਸਿਰ ਵੱਜ ਜਾਂਦਾ ਇਹਦਾ ਅੱਗੇ ਪਕੜਦੀ ਨਹੀਂ ਨਾ ਸਹੀ ਇਸ ਤਰ੍ਹਾਂ ਦਾ ਖੁਸ਼ ਰਹਿੰਦਾ ਬਹੁਤ ਹੈ ਨਾ ਇਸ ਤਰ੍ਹਾਂ ਖੁਸ਼ ਰਹਿੰਦਾ ਮੇਰੇ ਜੀਵ ਨੂੰ ਇਸ ਤਰ੍ਹਾਂ ਤਾਂ ਮੇਰਾ ਸ਼ਹਿਜ਼ਾਦਾ ਖੁਸ਼ ਰਹਿੰਦਾ ਬਹੁਤ ਜ਼ਿਆਦਾ ਇੱਦਾਂ ਹੀ ਹੈ ਨਾ ਚਲੋ ਮੈਂ ਕਿਹਾ ਹਿਬਾ ਥੱਕ ਜਾਂਦੀ ਹੈ ਨਾ ਚੱਕ ਲੈਂਦੀ ਆ ਹੂੰ ਹਿਬਾ ਆਸਤਾ ਆਸਤਾ ਚਲਾਇਓ ਬੇਟਾ ਮੂਵੀ ਪਤਾ ਨਹੀਂ ਕਿੱਥੇ ਗਿਆ ਨਹੀਂ ਤਾਂ ਮੂਵੀ ਨੇ ਬਥੇਰੀ ਚਲਾ ਲੈਣਾ ਸੀ ਮੂਵੀ ਦਾ ਆਪਣਾ ਕੋਈ ਪਤਾ ਨਹੀਂ ਆਪਣਾ ਹੂੰ बाहर लियो बाहर रेता ना ले जी बेटा केंदी रोको ना नहीं नहीं खुश आ ये केंदी रोको ना ये तो क्या करूँगी एक बंदा मेनू हाँ जी स्पेशल मेरे वास्ते हो गए बिलकुल आटा गुन लिया सही है चलो बना लो रोटी तुसी थक गए सारे दिन कपड़े तो काम करके है ਨੀਂਦ ਆਉਂਦੀ ਤੂੰ ਬੱਚੇ ਦੇ ਦੇਣੇ ਸਿਖਾਉਣ ਵਾਸਤੇ ਕਿਉਂਕਿ ਇਸ ਟਾਈਮ ਉਹ ਲੈ ਕੇ ਉਸ ਤੋਂ ਬਾਅਦ ਅਸੀਂ ਖਤਮ ਤੇ ਚਲੇ ਗਏ ਮੋਜੀ ਤੇ ਕੇਲੇ ਵੈਸੇ ਹੀ ਬਹੁਤ ਸ਼ੌਕ ਨਾਲ ਖਾਂਦਾ ਸਹੀ ਆ ਚਲੋ 200 ਰੁਪਏ ਬਣਾ ਦੋ ਉਹਨਾਂ ਨੂੰ ਫਿਰ ਜਾਂ ਲੇਕਿਨ ਉਹਨੇ 200 ਰੁਪਏ ਤਾਂ ਪੀਣੇ ਚਲੋ ਕੇਲਾ ਵੀ ਦੇ ਦਿਓ 200 ਰੁਪਏ ਵੀ ਦੇ ਦਿਓ ਉਹਨੂੰ ਹਾਂਜੀ ਚੱਲਿਓ ਦੱਸ ਕੇ ਹੋਣਾ ਸੀ ਨਾ ਉਹਨਾਂ ਨੂੰ ਉੱਥੇ ਚਲੋ ਬਾਹਰ ਲੈ ਜਾਓ ਬਾਹਰ ਦੇ ਦਿਓ ਫਰਿੱਜ ਰੱਖੋ ਉਹਦੇ ਕਾਲੇ ਹੋ ਜਾਂਦੇ ਆ ਨਾ ਰੱਖੋ ਨਾ ਫਰਿੱਜ ਵਿੱਚ ਬਾਹਰ ਨਹੀਂ ਨਾ ਵੱਟਦੇ ਹੀਰਾ ਵਾਸਤੇ ਹਾਂ ਹੀਰਾ ਵਾਸਤੇ ਤੇ ਨਹੀਂ ਬਾਹਰ ਬਚਣੇ ਆ ਜਿਹੜੇ ਨੀਚੇ ਹੈ ਨਾ ਹੀਰਾ ਵਾਸਤੇ ਇਹ ਰੱਖਿਓ ਕਿਉਂਕਿ ਉਹ ਸਹੀ ਉਹ ਦੂਸਰਾ ਜਿਹੜਾ ਗੁੱਛਾ ਹੈ ਨਾ ਉਹ ਜ਼ਿਆਦਾ ਪੱਕੇ ਹੋਏ ਇੱਕ ਹੁਣ ਵੀ ਚੈੱਕ ਕਰਾਓ ਤਾਂ ਸਹੀ ਹੈ ਚਲ ਦੇਵੋ ਤੇ ਹੀਰਾ ਵਾਸਤੇ ਰੱਖ ਲਿਓ ਹੀਰਾ ਕਹਿੰਦਾ ਕੇਲਾ ਖਾ ਲਾਂਦੀ ਹੋਰ ਤਾਂ ਕੋਈ ਚੀਜ਼ ਖਾਂਦੀ ਨਹੀਂ ਉਹ ਹੁਣ ਕੋਈ ਫਰੂਟ ਵੀ ਨਹੀਂ ਸਸਤਾ ਤਾਂ 200 ਰੁਪਏ ਕਿਲੋ ਨਹੀਂ 200 ਰੁਪਏ ਦਰਜਨ ਕਿਲੋ ਨਿਕਲ ਗਿਆ ਮੋਚੋਂ ਵੈਸੇ ਆਪਾਂ ਦੀ ਗੱਲ ਫਰਿੱਜ ਰੱਖੇ ਹੋਣ ਠੰਡੇ ਨਾ ਉਹ ਖਾਣੇ ਦਾ ਮਜ਼ਾ ਆਪਣਾ ਹੀ ਗਰਮ ਉਹਦੇ 'ਚ ਰੱਖ ਦਿਓ ਹੋਰ ਲਿਆਵਾਂਗੇ ਰਲ ਮਿਲ ਕੇ ਖਾ ਲਓ ਮੇਰਾ ਵਾਸਤੇ ਹੋਰ ਰੱਖ ਲਿਆ ਪੰਜ ਛੇ ਕਾਫੀ ਉਹਦੇ ਵਾਸਤੇ ਇੰਨੇ ਉਹਨੇ ਖਾਣੇ ਤਾਂ ਹੈ ਨਹੀਂ ਚਲੋ ਮੈਂ ਤਾਜ਼ੇ ਲਿਆਂਦਾ ਫਿਰ ਉਸ ਦਿਨ ਮੈਂ ਅੱਡੇ 'ਤੇ ਦੇਖੇ ਇੰਨਾ ਸੋਹਣੇ ਨਹੀਂ ਸੀ ਛੋਟੇ ਛੋਟੇ ਸੀਗੇ ਜਿਹੜਾ ਹੈ ਉਹਦਾ ਐਂਡ ਹੋਈ ਜਾ ਰਿਹਾ ਵਾ